ਡਾਕਟਰ ਸਪੈਂਸਰ ਜான்ਸਨ ਦੀ ਪੁਸਤਕ ਮੇਰਾ ਚੀਜ਼ ਕਿਸ ਨੇ ਹਟਾਇਆ ਤੁਹਾਡੇ ਕੰਮ ਤੇ ਤੁਹਾਡੀਆਂ ਜ਼ਿੰਦਗੀ 'ਚ ਆਉਣ ਵਾਲੀਆਂ ਤਬਦੀਲੀਆਂ ਦਾ ਸਾਹਮਣਾ ਕਿਸ ਤਰ੍ਹਾਂ ਕਰੀਏ ਦਾ ਅਗਲਾ ਪາກ ਮਾਈਕਲ ਅੱਗੇ ਕਹਿੰਦਾ ਰਿਹਾ ਬਰਹਾਲ ਜਦ ਮੈਂ ਮੇਰਾ ਚੀਜ਼ ਕਿਸ ਨੇ ਹਟਾਇਆ ਕਹਾਣੀ ਪਹਿਲੀ ਵਾਰ ਸੁਣੀ ਤੇ ਦੇਖਿਆ ਕਿ ਹਾਂ ਕਿਸ ਤਰ੍ਹਾਂ ਬਦਲਿਆ ਤਦ ਮੈਂ ਮਹਿਸੂਸ ਕੀਤਾ ਕਿ ਮੇਰਾ ਕੰਮ ਨਵੇਂ ਚੀਜ਼ ਦਾ ਚਿੱਤਰ ਬਣਾਉਣਾ ਸੀ ਤੇ ਮੈਂ ਇਸ ਚਿੱਤਰ ਨੂੰ ਇੰਨਾ ਸਾਫ਼ ਤੇ ਅਸਲੀ ਬਣਾਵਾਂ ਕਿ ਮੈਂ ਤੇ ਮੇਰੇ ਨਾਲ ਕੰਮ ਕਰਨ ਵਾਲੇ ਲੋਕ ਆਪਣੇ ਆਪ ਨੂੰ ਬਦਲਣ 'ਚ ਖੁਸ਼ ਹੋ ਸਕਣ ਤੇ ਨਾਲੋਂ ਨਾਲ ਕਾਮਯਾਬ ਵੀ ਹੋਈਏ ਇਹ ਦਿਲਚਸਪ ਹੈ ਅੰਜਲਾ ਨੇ ਕਿਹਾ ਕਿਉਂਕਿ ਮੇਰੇ ਲਈ ਕਹਾਣੀ ਦਾ ਸਭ ਤੋਂ ਵਜ਼ਨਦਾਰ ਹਿੱਸਾ ਉਹ ਸੀ ਜਿੱਥੇ ਹਾ ਨੇ ਆਪਣੇ ਡਰ ਨੂੰ ਜਿੱਤ ਲਿਆ ਤੇ ਆਪਣੇ ਦਿਮਾਗ 'ਚ ਨਵੀਂ ਚੀਜ਼ ਲੱਭਣ ਦਾ ਚਿੱਤਰ ਬਣਾਇਆ ਸੀ ਉਸ ਤੋਂ ਬਾਅਦ ਪੁੱਲ ਭਲਈਆ 'ਚ ਦੌੜਨਾ ਘੱਟ ਡਰਾਉਣਾ ਤੇ ਜ਼ਿਆਦਾ ਮਜ਼ੇਦਾਰ ਬਣ ਗਿਆ ਤੇ ਆਖਰਕਾਰ ਉਹ ਕਾਮਯਾਬ ਹੋ ਹੀ ਗਿਆ ਇਸ ਚਰਚਾ ਦੌਰਾਨ ਅੱਖਾਂ ਚੜਾਈ ਰਿਚਡ ਨੇ ਕਿਹਾ ਮੇਰੀ ਮੈਨੇਜਰ ਮੈਨੂੰ ਦੱਸਦੀ ਰਹਿੰਦੀ ਹੈ ਕਿ ਸਾਡੀ ਕੰਪਨੀ ਵਿੱਚ ਬਦਲਾਅ ਦੀ ਲੋੜ ਹੈ ਮੈਂ ਸਮਝਦਾ ਕਿ ਉਹ ਦਰਅਸਲ ਮੈਨੂੰ ਇਹ ਦੱਸਣਾ ਚਾਹੁੰਦੀ ਹੈ ਕਿ ਮੈਨੂੰ ਬਦਲਣਾ ਚਾਹੀਦਾ ਪਰ ਮੈਂ ਸੁਣਨਾ ਪਸੰਦ ਨਹੀਂ ਕਰਦਾ ਮੈਂ ਸੋਚਦਾ ਕਿ ਮੈਨੂੰ ਅਸਲ 'ਚ ਪਤਾ ਹੀ ਨਹੀਂ ਸੀ ਕਿ ਉਹ ਨਵਾਂ ਚੀਜ਼ ਕੀ ਸੀ ਜਿਹਦੇ ਵੱਲ ਉਹ ਸਾਨੂੰ ਲੈ ਜਾਣ ਦੀ ਕੋਸ਼ਿਸ਼ ਕਰ ਰਹੀ ਸੀ ਜਾਂ ਇਸ ਤਰ੍ਹਾਂ ਮੈਨੂੰ ਕਿਸ ਤਰ੍ਹਾਂ ਫਾਇਦਾ ਹੋ ਸਕਦਾ ਸੀ ਰਿਚਰਡ ਦੇ ਚਿਹਰੇ ਤੇ ਹਲਕੀ ਮੁਸਕਰਾਟ ਆਈ ਜਦੋਂ ਨੇ ਕਿਹਾ ਮੈਨੂੰ ਇਹ ਮੰਨਣਾ ਪਾਏਗਾ ਕਿ ਨਵੇਂ ਚੀਜ਼ ਨੂੰ ਵੇਖਣ ਤੇ ਉਹਦਾ ਸਵਾਦ ਲੈਣ ਦੀ ਕਲਪਨਾ ਕਰਨ ਦਾ ਵਿਚਾਰ ਮੈਨੂੰ ਪਸੰਦ ਆਇਆ ਇਸ ਨਾਲ ਸਭ ਕੁਝ ਹਲਕਾ ਹੋ ਜਾਂਦਾ ਹੈ ਇਸ ਨਾਲ ਡਰ ਘੱਟ ਹੋ ਜਾਂਦਾ ਤੇ ਬਦਲਾਅ ਵਿੱਚ ਤੁਹਾਡੀ ਦਿਲਚਸਪੀ ਵੱਧ ਜਾਂਦੀ ਹੈ ਸ਼ਾਇਦ ਮੈਂ ਇਹਦਾ ਪ੍ਰਯੋਗ ਕਰਜ਼ ਕਰ ਸਕਦਾ ਉਹਨੇ ਜੋੜਿਆ ਮੇਰੇ ਬੱਚੇ ਸੋਚਦੇ ਹਨ ਕਿ ਉਹਨਾਂ ਦੀ ਜ਼ਿੰਦਗੀ 'ਚ ਕਦੀ ਬਦਲਾਅ ਨਹੀਂ ਹੋਣਾ ਚਾਹੀਦਾ ਉਹ ਬਦਲਾਅ ਉਰ ਨਾਲ ਗੁੱਸੇ ਹੋ ਜਾਂਦੀ ਹੈ ਮੈਂ ਸੋਚਦਾ ਕਿ ਉਹ ਭਵਿੱਖ ਤੋਂ ਡਰਦੇ ਹੈ ਹੋ ਸਕਦਾ ਮੈਂ ਉਹਨਾਂ ਲਈ ਨਵੇਂ ਚੀਜ਼ ਦਾ ਯਥਾਰਥਵਾਦੀ ਚਿੱਤਰ ਨਹੀਂ ਖਿੱਚ ਸਕਿਆ ਹੂਆ ਸ਼ਾਇਦ ਇਸ ਲਈ ਕਿ ਇਹਨੂੰ ਮੈਂ ਆਪ ਵੀ ਨਹੀਂ ਵੇਖ ਪਾਉਂਦਾ ਸਾਰੇ ਸ਼ਾਂਤ ਸਨ ਕਈ ਲੋਕ ਆਪਣੇ ਪਰਿਵਾਰਕ ਜੀਵਨ ਬਾਰੇ ਸੋਚ ਰਹੇ ਸਨ ਐਲਨ ਨੇ ਕਿਹਾ ਚੰਗਾ ਇੱਥੇ ਜ਼ਿਆਦਾਤਰ ਲੋਕ ਆਪਣੇ ਕੰਮ ਧੰਦਿਆਂ ਬਾਰੇ ਗੱਲਾਂ ਕਰ ਰਹੇ ਹਨ ਪਰ ਜਦੋਂ ਦੀ ਮੈਂ ਕਹਾਣੀ ਸੁਣੀ ਹੈ ਤਦ ਤੋਂ ਮੈਂ ਆਪਣੇ ਪਰਿਵਾਰਕ ਜ਼ਿੰਦਗੀ ਬਾਰੇ ਸੋਚ ਰਹੀਆਂ ਮੇਰੇ ਵਿਚਾਰ ਨਾਲ ਮੇਰੇ ਮੌਜੂਦਾ ਸਬੰਧ ਉਸ ਪੁਰਾਣੀ ਚੀਜ਼ ਦੀ ਤਰ੍ਹਾਂ ਹਨ ਜਿਨ੍ਹਾਂ ਤੇ ਡੂੰਗੀ ਉੱਲੀ ਦੀ ਪਰਤ ਜੰਮ ਚੁੱਕੀ ਹੈ ਕੋਰੀ ਦੀ ਹਾਸੇ ਵਿੱਚ ਸਹਿਮਤੀ ਸੀ ਮੈਂ ਵੀ ਇਸ ਤਰ੍ਹਾਂ ਸੋਚਦੀ ਹਾਂ ਸ਼ਾਇਦ ਮੈਨੂੰ ਇੱਕ ਮਾੜੇ ਸਬੰਧ ਨੂੰ ਛੱਡਣ ਦੀ ਲੋੜ ਹੈ ਐਂਜਲਾ ਨੇ ਜਵਾਬ ਦਿੱਤਾ ਜਾਂ ਸ਼ਾਇਦ ਪੁਰਾਣਾ ਚੀਜ਼ ਕੇਵਲ ਪੁਰਾਣਾ ਵਿਵਹਾਰ ਹੈ ਦਰਅਸਲ ਜਿਵੇਂ ਚੀਜ਼ ਨੂੰ ਅਸੀਂ ਛੱਡਣਾ ਚਾਹੁੰਦੇ ਹਾਂ ਉਹ ਹੈ ਇਹੋ ਜਿਹਾ ਵਿਹਾਰ ਜੋ ਸਾਡੇ ਮਾੜੇ ਸਬੰਧਾਂ ਦਾ ਕਾਰਨ ਹੈ ਤੇ ਫਿਰ ਫਿਰ ਸਾਨੂੰ ਚਿੰਤਾ ਤੇ ਕੰਮ ਕਰਨ ਦੇ ਬਿਹਤਰ ਤਰੀਕਿਆਂ ਵੱਲ ਵਧਣਾ ਚਾਹੀਦਾ ਹੈ ਆਊਟ ਕੋਰੀ ਨੇ ਪ੍ਰਤੀਕਿਰਿਆ ਦਿੱਤੀ ਬਹੁਤ ਵਧੀਆ ਨਵਾਂ ਚੀਜ਼ ਉਸੇ ਵਿਅਕਤੀ ਦੇ ਨਾਲ ਇੱਕ ਨਵਾਂ ਸਬੰਧ ਹੈ ਰਿਚਰਡ ਨੇ ਕਿਹਾ ਮੈਂ ਹੁਣ ਇਹ ਸੋਚਣ ਲੱਗ ਪਿਆ ਕਿ ਜਿੰਨਾ ਮੈਂ ਸੋਚਿਆ ਸੀ ਇਸ ਕਹਾਣੀ ਚ ਉਸ ਤੋਂ ਬਹੁਤ ਜ਼ਿਆਦਾ ਬਹੁਤ ਕੁਝ ਜ਼ਿਆਦਾ ਮੈਨੂੰ ਇਹ ਵਿਚਾਰ ਪਸੰਦ ਆਇਆ ਕਿ ਪੁਰਾਣੇ ਸਬੰਧਾਂ ਨੂੰ ਛੱਡਣ ਦੀ ਤਾਂ ਪੁਰਾਣਾ ਵਿਹਾਰ ਛੱਡਤਾ ਜਾਏ। ਉਹੀ ਵਿਹਾਰ ਦੁਹਰਾਨ ਨਾਲ ਤੁਹਾਨੂੰ ਉਹ ਨਤੀਜੇ ਫੇਰ ਮਿਲਣਗੇ। ਨੌਕਰੀ ਬਦਲਣ ਦੀ ਬਜਾਏ ਸ਼ਾਇਦ ਮੈਨੂੰ ਇਹੋ ਜਿਹਾ ਮੁਲਾਜ਼ਮ ਬਣਨਾ ਚਾਹੀਦਾ ਜਿਹੜਾ ਆਪਣੀ ਕੰਪਨੀ ਨੂੰ ਬਦਲਣ 'ਚ ਸਹਾਇਤਾ ਕਰੇ। ਜੇਕਰ ਮੈਂ ਇਸ ਤਰ੍ਹਾਂ ਕੀਤਾ ਹੁੰਦਾ ਤਾਂ ਸ਼ਾਇਦ ਅੱਜ ਮੇਰੇ ਕੋਲ ਇਸ ਤੋਂ ਚੰਗੀ ਨੌਕਰੀ ਹੁੰਦੀ। ਫਿਰ ਬੈਕੀ ਬੋਲੀ ਜੋ ਕਿਸੇ ਦੂਜੇ ਸ਼ਹਿਰ 'ਚ ਰਹਿੰਦੀ ਸੀ ਪਰ ਇਸ ਪੁਨਰਮਿਲਨ ਲਈ ਇੱਥੇ ਆਈ ਸੀ ਜਦ ਮੈਂ ਇੱਥੇ ਕਹਾਣੀ ਤੇ ਹਰ ਇੱਕ ਦੀ ਪ੍ਰਤੀਕਿਰਿਆ ਸੁਣ ਰਹੀ ਸਾਂ ਤਾਂ ਮੈਨੂੰ ਆਪਣੇ ਆਪ ਤੇ ਹੱਸਣਾ ਹੀ ਪਿਆ ਮੈਂ ਵੀ ਇੰਨੇ ਲੰਮੇ ਸਮੇਂ ਤੋਂ ਹੀਮ ਵਰਗੀ ਸੀ ਜਿਹੜਾ ਬਦਲਾਅ ਨੂੰ ਵੇਖਦੇ ਨੱਕ ਭਵਾਂ ਸਕੋੜਦਾ ਤੇ ਡਰ ਜਾਂਦਾ ਮੈਂ ਨਹੀਂ ਜਾਣਦੀ ਸੀ ਕਿ ਦੂਜੇ ਲੋਕ ਵੀ ਇਸ ਤਰ੍ਹਾਂ ਹੀ ਕਰਦੇ ਐ ਮੈਨੂੰ ਡਰ ਸੀ ਕਿ ਕਿਤੇ ਅਣਜਾਣੇ ਚ ਮੈਂ ਆਪਣੇ ਬੱਚਿਆਂ 'ਚ ਆਦਤ ਨਹੀਂ ਪਾ ਦਿੱਤੀ ਜਦ ਮੈਂ ਇਸ ਬਾਰੇ ਸੋਚਦੀ ਆਂ ਤਮੇ ਮਹਿਸੂਸ ਕਰਦੀਆਂ ਕਿ ਦਰਅਸਲ ਬਦਲਾਅ ਤੁਹਾਨੂੰ ਇੱਕ ਨਵੀਂ ਤੇ ਚੰਗੀ ਜਗ੍ਹਾ ਤੇ ਲਿਜਾ ਸਕਦਾ ਹੈ ਹਾਲਾਂਕਿ ਤੁਸੀਂ ਡਰਦੇ ਹੋ ਕਿ ਇਸ ਤਰ੍ਹਾਂ ਨਹੀਂ ਹੋਏਗਾ ਮੈਨੂੰ ਉਹ ਸਮਾਂ ਯਾਦ ਹੈ ਜਦ ਮੇਰਾ ਬੇਟਾ ਹਾਈ ਸਕੂਲ ਸੀ ਮੇਰੇ ਪਤੀ ਦੇ ਤਬਾਦਲੇ ਕਾਰਨ ਸਾਨੂੰ ਇਲਨਾਏ ਤੋਂ ਵਰਮੋਂਟ ਜਾਣਾ ਸੀ ਤੇ ਸਾਡਾ ਬੇਟਾ ਦੁਖੀ ਸੀ ਕਿਉਂਕਿ ਉਹਦੇ ਮਿੱਤਰ ਪਿੱਛੇ ਛੁੱਟ ਜਾਣੇ ਸੀ ਕੋਈ ਇੱਕ ਨਾਮਚੀਨ ਤੈਰਾਕ ਸੀ ਤੇ ਵਰਮੋਂਟ ਦੇ ਹਾਈ ਸਕੂਲ ਚ ਤੈਰਾਕੀ ਦੀ ਕੋਈ ਟੀਮ ਨਹੀਂ ਸੀ ਇਸ ਲਈ ਸਾਡੇ ਸ਼ਹਿਰ ਛੱਡਣ ਦੇ ਫੈਸਲੇ ਤੇ ਉਹ ਨਰਾਜ਼ ਸੀ ਬਾਅਦ ਵਿੱਚ ਉਹ ਵਰਮੂਡ ਦੇ ਪਹਾੜਾਂ ਨਾਲ ਪਿਆਰ ਕਰਨ ਲੱਗ ਪਿਆ ਉਹਨੇ ਸਕਾਈਂਗ ਸਿੱਖੀ ਉਹ ਆਪਣੀ ਕਾਲਜ ਟੀਮ ਲਈ ਸਕੀ ਕਰਨ ਲੱਗ ਗਿਆ ਤੇ ਹੁਣ ਉਹ ਕਲੋ ਰੈਡੋ ਵਿੱਚ ਮਜ਼ੇ ਨਾਲ ਰਹਿੰਦਾ ਹੈ ਜੇਕਰ ਅਸੀਂ ਇਕੱਠੇ ਚੀਜ਼ ਦੀ ਇਹ ਕਹਾਣੀ ਗਰਮ ਚਾਕਲੇਟ ਦੇ ਕੱਪ ਨਾਲ ਪਹਿਲਾਂ ਸੁਣੀ ਹੁੰਦੀ ਤਾਂ ਇਹ ਤੋਂ ਸਾਡੇ ਪਰਿਵਾਰ ਦਾ ਬਹੁਤ ਤਣਾਅ ਘੱਟ ਹੋ ਸਕਦਾ ਸੀ ਜਿਸ ਕਾਰਨ ਗਿਆ ਮੈਂ ਘਰ ਜਾ ਕੇ ਆਪਣੇ ਪਰਿਵਾਰ ਨੂੰ ਇਹ ਕਹਾਣੀ ਸੁਣਾਉਣਾ ਚਾਹੁੰਨੀ ਆ ਮੈਂ ਆਪਣੇ ਬੱਚਿਆਂ ਨੂੰ ਪੁੱਛਾਂਗੀ ਕਿ ਉਹਨਾਂ ਦੀ ਨਜ਼ਰ 'ਚ ਮੈਂ ਕਿਸ ਵਰਗੀ ਆ ਸਿਨਫ ਸਕਰੀ ਹੇਮਜਾਹਾ ਤੇ ਉਹ ਕਿਹਦੀ ਤਰ੍ਹਾਂ ਹਨ ਅਸੀਂ ਇਸ ਬਾਰੇ ਗੱਲ ਕਰ ਸਕਦੇ ਹਾਂ ਕਿ ਸਾਡੇ ਪਰਿਵਾਰ ਦਾ ਪੁਰਾਣਾ ਚੀਜ਼ ਕੀ ਹੈ ਤੇ ਨਵਾਂ ਚੀਜ਼ ਕੀ ਹੋ ਸਕਦਾ ਏਕ ਚੰਗਾ ਖਿਆਲ ਹੈ ਰਿਚਰਡ ਨੇ ਕਿਹਾ ਫ੍ਰੈਂਕ ਨੇ ਆਪਣੀ ਗੱਲ ਕਹੀ ਮੈਂ ਸੋਚਦਾ ਕਿ ਮੈਂ ਹਾ ਦੀ ਤਰ੍ਹਾਂ ਬਣਾਗਾ ਜੋ ਚੀਜ਼ ਦੇ ਨਾਲ ਹੀ ਜਗਾ ਬਦਲ ਲਏ ਤੇ ਉਹਦਾ ਮਜ਼ਾ ਲਏ ਤੇ ਮੈਂ ਇਹ ਕਹਾਣੀ ਉਹਨਾਂ ਦੋਸਤਾਂ ਨੂੰ ਵੀ ਸੁਣਾਵਾਂਗਾ ਜਿਹੜੇ ਫੌਜ ਨੂੰ ਛੱਡਣ ਬਾਰੇ ਪਰੇਸ਼ਾਨ ਹਨ ਤੇ ਬਦਲਾਅ ਦੇ ਨਤੀਜਿਆਂ ਤੋਂ ਡਰੇ ਹੋਏ ਹਨ ਇਸ ਤੇ ਕਈ ਦਿਲਚਸਪ ਵਿਚਾਰਾਂ ਹੋ ਸਕਦੀਆਂ ਹਨ ਮਾਈਕਲ ਨੇ ਕਿਹਾ ਅਸੀਂ ਇਸ ਤਰ੍ਹਾਂ ਆਪਣਾ ਬਿਜ਼ਨਸ ਸੁਧਾਰਿਆ ਅਸੀਂ ਇਸ ਬਾਬਤ ਕਾਫੀ ਵਿਚਾਰਾਂ ਕੀਤੀਆਂ ਕਿ ਅਸੀਂ ਇਸ ਕਹਾਣੀ ਤੋਂ ਕੀ ਸਿੱਖਿਆ ਤੇ ਕਿਸ ਤਰ੍ਹਾਂ ਅਸੀਂ ਇਹਨੂੰ ਆਪਣੀ ਮੌਜੂਦਾ ਸਥਿਤੀ 'ਚ ਲਾਗੂ ਕਰ ਸਕਦੇ ਹਾਂ ਇਹ ਬਹੁਤ ਵਧੀਆ ਰਿਹਾ ਹੁਣ ਸਾਡੇ ਕੋਲ ਇੱਕ ਮਜ਼ੇਦਾਰ ਭਾਸ਼ਾ ਸੀ ਜਿਸ 'ਚ ਅਸੀਂ ਰੁਚੀ ਲੈ ਕੇ ਇਹ ਗੱਲ ਕਰ ਸਕਦੇ ਹਾਂ ਕਿ ਅਸੀਂ ਬਦਲਾਅ ਦਾ ਸਾਹਮਣਾ ਕਿਸ ਤਰ੍ਹਾਂ ਕਰ ਰਹੇ ਹਾਂ ਇਹ ਬਹੁਤ ਅਸਰਦਾਰ ਸੀ ਖਾਸ ਕਰਕੇ ਜਦ ਇਹ ਸਾਡੀ ਕੰਪਨੀ 'ਚ ਡੁੰਗਾਈ ਤੱਕ ਫੈਲ ਗਿਆ ਕਿਸ ਤਰ੍ਹਾਂ ਨੈਦਰ ਨੇ ਪੁੱਛਿਆ ਅਸੀਂ ਆਪਣੇ ਸੰਗਠਨ 'ਚ ਜਿੰਨਾ ਜ਼ਿਆਦਾ ਥੱਲੇ ਗਏ ਸਾਨੂੰ ਉਨੇ ਹੀ ਜ਼ਿਆਦਾ ਇਹੋ ਜਿਹੇ ਲੋਕ ਮਿਲੇ ਜਿਨ੍ਹਾਂ ਨੂੰ ਲੱਗਦਾ ਸੀ ਉਹਨਾਂ 'ਚ ਘੱਟ ਤਾਕਤ ਸੀ ਸਭਾਵਕ ਰੂਪ ਤੋਂ ਉਹਨਾਂ ਨੂੰ ਉੱਪਰ ਆਉਣ ਵਾਲੇ ਬਦਲਾਵਾਂ ਨਾਲ ਡਰ ਲੱਗਦਾ ਸੀ ਇਸ ਲਈ ਉਹ ਬਦਲਾਵਾਂ ਦਾ ਵਿਰੋਧ ਕਰਦੇ ਸੀ ਸੰਖੇਪ ਵਿੱਚ ਜੋ ਬਦਲਾਅ ਲਦਿਆ ਜਾਂਦਾ ਹੈ ਉਹਦਾ ਵਿਰੋਧ ਹੁੰਦਾ ਕਾਸ਼ ਕਿ ਮੈਂ ਚੀਜ਼ ਦੀ ਕਹਾਣੀ ਕੁਝ ਪਹਿਲਾਂ ਸੁਣੀ ਹੁੰਦੀ ਮਾਈਕਲ ਨੇ ਕਿਹਾ ਉਹ ਕਿਉਂ 카ਰਲੋਸ ਨੇ ਪੁੱਛਿਆ ਕਿਉਂਕਿ ਜਦੋਂ ਤੱਕ ਅਸੀਂ ਬਦਲਾਵਾਂ ਨੂੰ ਕਰਨ 'ਚ ਝੁਟੇ ਤਦ ਤੱਕ ਸਾਡੇ ਕਾਰੋਬਾਰ ਦੀ ਹਾਲਤ ਇੰਨੀ ਜ਼ਿਆਦਾ ਵਿਗੜ ਚੁੱਕੀ ਸੀ ਕਿ ਸਾਨੂੰ ਕਈ ਲੋਕਾਂ ਨੂੰ ਆਪਣੇ ਤੋਂ ਦੂਰ ਕਰਨਾ ਪਿਆ ਜਿਨ੍ਹਾਂ 'ਚ ਕਈ ਚੰਗੇ ਮਿੱਤਰ ਵੀ ਸ਼ਾਮਲ ਸਨ ਇਹ ਸਾਡੇ ਸਾਰਿਆਂ ਲਈ ਪਰੇਸ਼ਾਨੀ ਦਾ ਸਮਾਂ ਸੀ ਫਿਰ ਵੀ ਜਾਣ ਵਾਲੇ ਤੇ ਬਚੇ ਰਹਿਣ ਵਾਲੇ ਤਕਰੀਬਨ ਹਰ ਇੱਕ ਆਦਮੀ ਦਾ ਕਹਿਣਾ ਸੀ ਕਿ ਚੀਜ਼ ਦੀ ਕਹਾਣੀ ਨੇ ਉਹਨਾਂ ਨੂੰ ਹਾਲਾਤਾਂ ਨੂੰ ਦੇਖਣ ਦਾ ਇੱਕ ਵੱਖਰਾ ਹੀ ਨਜ਼ਰੀਆ ਦਿੱਤਾ ਹੈ ਤੇ ਉਹ ਚੰਗਾ ਮੁਕਾਬਲਾ ਕਰ ਸਕਦੇ ਹਨ ਸਾਡੇ ਵਿੱਚੋਂ ਜਿਨ੍ਹਾਂ ਲੋਕਾਂ ਨੂੰ ਬਾਹਰ ਜਾਣਾ ਪਿਆ ਤੇ ਨਵਾਂ ਕੰਮ ਲੱਭਣਾ ਸੀ ਉਹਨਾਂ ਨੇ ਕਿਹਾ ਕਿ ਪਹਿਲਾਂ ਤਾਂ ਬਹੁਤ ਮੁਸ਼ਕਲ ਸੀ ਪਰ ਇਹ ਕਹਾਣੀ ਨੂੰ ਯਾਦ ਰੱਖਣ ਨਾਲ ਉਹਨਾਂ ਨੂੰ ਬਹੁਤ ਸਹਾਇਤਾ ਮਿਲੇਗੀ ਐਂਜਲਾ ਨੇ ਪੁੱਛਿਆ ਉਹਨਾਂ ਨੂੰ ਸਭ ਤੋਂ ਜ਼ਿਆਦਾ ਸਹਾਇਤਾ ਕਿਸ ਤਰ੍ਹਾਂ ਮਿਲੀ ਮਾਈਕਲ ਨੇ ਜਵਾਬ ਦਿੱਤਾ ਜਦੋਂ ਉਹ ਆਪਣੇ ਡਰ ਤੋਂ ਪਾਰ ਨਿਕਲ ਆਏ ਤਾਂ ਦੋਨਾਂ ਨੇ ਮੈਨੂੰ ਦੱਸਿਆ ਕਿ ਸਭ ਤੋਂ ਚੰਗੀ ਗੱਲ ਉਹਨਾਂ ਦਾ ਇਹ ਮਹਿਸੂਸ ਕਰਨਾ ਸੀ ਕਿ ਉਹ ਬਾਹਰ ਨਵਾਂ ਚੀਜ਼ ਲੱਭਣ ਦਾ ਇੰਤਜ਼ਾਰ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਆਪਣੇ ਦਿਮਾਗ ਵਿੱਚ ਨਵੀਂ ਚੀਜ਼ ਦਾ ਮਜ਼ਾ ਲੈਣ ਦੇ ਚਿੱਤਰ ਬਣਾਉਣ ਨਾਲ ਉਹਨਾਂ ਨੂੰ ਤਸੱਲੀ ਮਿਲੀ ਤੇ ਇਸ ਲਈ ਨੌਕਰੀ ਦੇ ਇੰਟਰਵਿਊ ਵਿੱਚ ਉਹਨਾਂ ਦਾ ਪ੍ਰਦਰਸ਼ਨ ਚੰਗਾ ਰਿਹਾ ਕਈਆਂ ਨੂੰ ਜ਼ਿਆਦਾ ਚੰਗੀ ਨੌਕਰੀ ਮਿਲ ਗਈ ਤੁਹਾਡੀ ਕੰਪਨੀ 'ਚ ਰਹਿ ਜਾਣ ਵਾਲਿਆਂ ਦਾ ਕੀ ਹੋਇਆ? ਲਾਰਾ ਦਾ ਸਵਾਲ ਸੀ। ਮਾਈਕਲ ਨੇ ਕਿਹਾ ਹੋਣ ਵਾਲੇ ਬਦਲਾਵਾਂ ਬਾਬਤ ਸ਼ਿਕਾਇਤ ਕਰਨ ਦੀ ਬਜਾਏ ਲੋਕਾਂ ਨੇ ਹੁਣ ਕਿਹਾ ਉਹਨਾਂ ਨੇ ਕੇਵਲ ਸਾਡਾ ਚੀਜ਼ ਹਟਾ ਲਿਆ। ਚਲੋ ਆਪਣਾ ਨਵਾਂ ਚੀਜ਼ ਲੱਭੀਏ। ਇਸ ਨਾਲ ਬਹੁਤ ਸਮਾਂ ਬਚਿਆ ਤੇ ਤਣਾਅ ਘੱਟ ਹੋਇਆ। ਛੇਤੀ ਜਿਹੜੇ ਲੋਕ ਹੁਣ ਤਾਈ ਬਦਲਾਵਾਂ ਦਾ ਵਿਰੋਧ ਕਰ ਰਹੇ ਸਨ ਉਹਨਾਂ ਨੂੰ ਹੁਣ ਬਦਲਾਅ ਦਾ ਫਾਇਦਾ ਦਿਸਿਆ। ਉਹਨਾਂ ਨੇ ਵੀ ਬਦਲਾਅ ਲਿਆਉਣ 'ਚ ਸਹਾਇਤਾ ਹੀ ਕੀਤੀ। ਕੋਰੀ ਨੇ ਕਿਹਾ ਤੁਹਾਨੂੰ ਕੀ ਲੱਗਦਾ ਹੈ ਇਸ ਤਰ੍ਹਾਂ ਕਿਉਂ ਹੋਇਆ? ਮੈਂ ਸੋਚਦਾ ਕਿ ਇਦਾਂ ਜ਼ਿਆਦਾਤਰ ਉਹ ਉਸ ਸਹਿਕਰਮੀ ਦਬਾਅ ਕਾਰਨ ਹੋਇਆ ਜਿਹੜਾ ਕਿਸੇ ਵੀ ਕੰਪਨੀ 'ਚ ਹੋ ਸਕਦਾ ਹੈ। ਜ਼ਿਆਦਾਤਰ ਸੰਗਠਨਾਵਾਂ ਵਿੱਚ ਜਦ ਕੋਈ ਬਦਲਾਅ ਕੀਤਾ ਜਾਂਦਾ ਹੈ, ਤਦ ਕੀ ਹੁੰਦਾ ਹੈ? ਜ਼ਿਆਦਾਤਰ ਲੋਕ ਕੀ ਕਹਿੰਦੇ ਆ ਕਿ ਬਦਲਾਅ ਦਾ ਵਿਚਾਰ ਚੰਗਾ ਹੈ ਜਾਂ ਮਾੜਾ? ਮਾੜਾ। ਫ੍ਰੈਂਕ ਦਾ ਜਵਾਬ ਸੀ ਜੀ। ਮਾਈਕਲ ਸਹਿਮਤ ਹੋ ਗਿਆ ਕਿਉਂ? 카ਰਲੋਸ ਨੇ ਕਿਹਾ ਕਿਉਂਕਿ ਲੋਕ ਚਾਹੁੰਦੇ ਹਨ ਕਿ ਹਾਲਾਤ ਉਦਾਂ ਹੀ ਬਣੇ ਰਹਿਣ ਤੇ ਉਹ ਸੋਚਦੇ ਹਨ ਕਿ ਬਦਲਾਅ ਉਹਨਾਂ ਲਈ ਮਾੜਾ ਹੋਏਗਾ। ਜਦ ਇਕ ਚੁਸਤ ਆਦਮੀ ਕਹਿੰਦਾ ਕਿ ਬਦਲਾਓ ਇੱਕ ਮਾੜਾ ਵਿਚਾਰ ਹੈ ਤੇ ਬਾਕੀ ਲੋਕ ਵੀ ਇਸੇ ਤਰ੍ਹਾਂ ਕਹਿੰਦੇ ਹਨ ਹਾਂਜੀ ਚਾਹੇ ਉਹ ਅਸਲ ਚੇਸਤਰਾ ਨਾ ਸੋਚਦੇ ਹੋਣ ਮਾਈਕਲ ਨੇ ਕਿਹਾ ਪਰ ਜਦ ਆਪਣੇ ਆਪ ਨੂੰ ਚੁਸਤ ਦਿਖਾਉਣ ਲਈ ਉਹ ਇਸ ਤਰ੍ਹਾਂ ਹੀ ਕਹਿਣ ਲੱਗ ਪੈਂਦੇ ਹਨ ਇਹੀ ਉਹ ਸਹਿਕਰਮੀ ਦਬਾਅ ਹੈ ਜਿਹੜਾ ਕਿਸੇ ਵੀ ਸੰਗਠਨ 'ਚ ਤਬਦੀਲੀ ਦਾ ਵਿਰੋਧ ਕਰਦਾ ਹੈ ਬੈਕੀ ਨੇ ਜੋੜਿਆ ਪਰਿਵਾਰ 'ਚ ਇਹੀ ਗੱਲ ਮਾਂ ਪਿਓ ਤੇ ਬੱਚਿਆਂ ਵਿਚਕਾਰ ਹੁੰਦੀ ਹੈ ਇਰੋਨੇ ਪੁੱਛਿਆ ਲੋਕਾਂ ਨੇ ਜਦ ਚੀਜ਼ ਦੀ ਕਹਾਣੀ ਸੁਣ ਲਈ ਉਸ ਤੋਂ ਬਾਅਦ ਤੁਹਾਡੇ ਹਾਲਾਤ ਕਿਸ ਤਰ੍ਹਾਂ ਬਦਲੇ ਮਾਈਕਲ ਬੋਲਿਆ ਲੋਕ ਇਸ ਲਈ ਬਦਲੇ ਕਿਉਂਕਿ ਕੋਈ ਵੀ ਹੇਮ ਵਰਗਾ ਨਹੀਂ ਦਿਸਣਾ ਚਾਹੁੰਦਾ ਸੀ ਹੁਣ ਸਾਰੇ ਹੱਸ ਪਏ ਨੈਥਨ ਵੀ ਉਹਨੇ ਕਿਹਾ ਇੱਕ ਚੰਗੀ ਗੱਲ ਹੈ ਮੇਰੇ ਪਰਿਵਾਰ ਵਿੱਚ ਵੀ ਕੋਈ ਹੇਮ ਵਰਗਾ ਨਹੀਂ ਦਿਸਣਾ ਚਾਹੇਗਾ ਹੋ ਸਕਦਾ ਹੈ ਉਹ ਬਦਲ ਹੀ ਜਾਣ ਤੁਸੀਂ ਸਾਨੂੰ ਇਹ ਕਹਾਣੀ ਸਾਡੇ ਪਿਛਲੇ ਪੁਨਰਮਿਲਨ ਚ ਕਿਉਂ ਨਾ ਸੁਣਾਈ ਇਹ ਸੱਚੀ ਬੜੇ ਕੰਮ ਦੀ ਹੈ ਮਾਈਕਲ ਨੇ ਇੱਕ ਆਖਰੀ ਵਿਚਾਰ ਦੱਸਿਆ ਜਦ ਤੁਸੀਂ ਵੇਖਿਆ ਕਿ ਇਸ ਕਹਾਣੀ ਨੇ ਸਾਡੇ ਲਈ ਕਿੰਨਾ ਵਧੀਆ ਕੰਮ ਕੀਤਾ ਤਾਂ ਅਸੀਂ ਇਸ ਕਹਾਣੀ ਨੂੰ ਉਹਨਾਂ ਲੋਕਾਂ ਨੂੰ ਵੀ ਸੁਣਾਇਆ ਜਿਨ੍ਹਾਂ ਨਾਲ ਸਾਨੂੰ ਕਾਰੋਬਾਰ ਕਰਨਾ ਸੀ ਕਿਉਂਕਿ ਸਾਡਾ ਅੰਦਾਜ਼ਾ ਸੀ ਕਿ ਉਹਨਾਂ ਦੀਆਂ ਕੰਪਨੀਆਂ ਵੀ ਬਦਲਾਵਾਂ ਦਾ ਸਾਹਮਣਾ ਕਰ ਰਹੀਆਂ ਹੋਣਗੀਆਂ ਅਸੀਂ ਸੁਝਾਅ ਦਿੱਤਾ ਕਿ ਅਸੀਂ ਉਹਨਾਂ ਵਾਸਤੇ ਨਵੀਂ ਚੀਜ਼ ਹੋ ਸਕਦੇ ਹਾਂ ਯਾਨੀ ਉਹਨਾਂ ਦੇ ਸਫਲ ਹੋਣ ਲਈ ਅਸੀਂ ਚੰਗੇ ਭਾਗੀਦਾਰ ਹੋ ਸਕਦੇ ਹਾਂ ਇਸ ਨਾਲ ਸਾਡੇ ਕਾਰੋਬਾਰ ਨੂੰ ਵੀ ਬਹੁਤ ਫਾਇਦਾ ਹੋਇਆ ਇਸ ਨਾਲ ਜੈਸਿਕਾ ਦੇ ਮਨ 'ਚ ਕਈ ਵਿਚਾਰ ਆਏ ਤੇ ਉਹਨੂੰ ਇਹ ਯਾਦ ਆਇਆ ਕਿ ਉਹਨੂੰ ਸਵੇਰੇ ਛੇਤੀ ਵਿਕਰੀ ਸੰਬੰਧੀ ਕੰਮ ਸ਼ੁਰੂ ਕਰਨਾ ਹੈ ਉਹਨੇ ਆਪਣੀ ਘੜੀ ਵੱਲ ਦੇਖਿਆ ਤੇ ਕਿਹਾ ਚੰਗਾ ਹੁਣ ਸਮਾਂ ਆ ਗਿਆ ਹੈ ਕਿ ਮੈਂ ਇਸ ਚੀਜ਼ ਸਟੇਸ਼ਨ ਨੂੰ ਛੱਡ ਦਿਆਂ ਤੇ ਨਵੀਂ ਚੀਜ਼ ਲੱਭਣ ਜਾਵਾਂ ਸਾਰੇ ਹੱਸੇ ਤੇ ਇੱਕ ਦੂਜੇ ਤੋਂ ਵਿਦਾ ਲੈਣ ਲੱਗ ਪਏ ਉਹਨਾਂ ਵਿੱਚੋਂ ਕਈ ਲੋਕ ਹੋਰ ਗੱਲਾਂ ਕਰਨੀਆਂ ਚਾਹੁੰਦੇ ਸੀ ਪਰ ਉਹਨਾਂ ਲਈ ਵੀ ਜਾਣਾ ਜ਼ਰੂਰੀ ਸੀ ਜਦੋਂ ਜਾਣ ਲੱਗੇ ਤਾਂ ਸਾਰਿਆਂ ਨੇ ਮਾਈਕਲ ਨੂੰ ਇੱਕ ਵਾਰ ਫਿਰ ਧੰਨਵਾਦ ਕਿਹਾ ਉਨੇ ਕਾ ਮੈਨੂੰ ਬਹੁਤ ਖੁਸ਼ੀ ਹੈ ਕਿ ਤੁਹਾਨੂੰ ਇਹ ਕਹਾਣੀ ਇੰਨੀ ਉਪਯੋਗੀ ਲਗੀ ਤੇ ਮੈਨੂੰ ਆਸ ਹੈ ਕਿ ਤੁਸੀਂ ਵੀ ਇਹਨੂੰ ਹੋਰਾਂ ਨੂੰ ਸੁਣਾਓਗੇ ਤੇ ਉਹਨਾਂ ਨੂੰ ਫਾਇਦਾ ਪਹਚਾਓਗੇ ਧੰਨਵਾਦ ਸਮਾਪਤ